ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜੇਪੀ ਸਿੰਘ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਔਰ ਹਰ ਵਾਰ ਤੁਸੀਂ ਦੇਖਦੇ ਹੋ ਕਿ ਇਸ ਟੀਵੀ ਸ਼ੋਅ ਦੇ ਵਿੱਚ ਇੱਕ ਐਂਕਰ ਮੇਰੀ ਇੰਟਰਵਿਊ ਲੈਂਦਾ ਬਟ ਅੱਜ ਦਾ ਸ਼ੋਅ ਜਿਹੜਾ ਖਾਸ ਰਹੇਗਾ ਉਹਨਾਂ ਸਟੂਡੈਂਟ ਲਈ ਜਿਹੜੇ ਵਿਦਆਊਟ ਆਇਲਸ ਕੈਨੇਡਾ ਜਾਣਾ ਚਾਹੁੰਦੇ ਨੇ ਅੱਜ ਅਸੀਂ ਸਟੂਡੀਓ ਦੇ ਵਿੱਚ ਕੁਛ ਉਹਨਾਂ ਸਟੂਡੈਂਟਾਂ ਨੂੰ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿਦਆਊਟ ਆਇਲਸ ਵੀਜ਼ੇ ਲੱਗੇ ਅੱਜ ਜਿਹੜੇ ਬੱਚਿਆਂ ਦੇ ਕੈਨੇਡਾ ਜਾਣਾ ਚਾਹੁੰਦੇ ਜਿਨ੍ਹਾਂ ਦੇ ਓਵਰਆਲ 6 ਬੈਂਡ ਨੇ 6 ਬੈਂਡ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਰਿਹਾ ਬਟ ਅੱਜ ਕੁਛ ਬੱਚਿਆਂ ਨੂੰ ਅਸੀਂ ਨਾਲ ਲੈ ਕੇ ਆਏ ਹਾਂ ਸਟੂਡੀਓ ਦੇ ਵਿੱਚ ਜਿਨ੍ਹਾਂ ਦਾ ਵਿਦਆਊਟ ਆਇਲਸ ਕੈਨੇਡਾ ਦਾ ਵੀਜ਼ਾ ਲੱਗਾ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਦੀਪਾਂਸ਼ੂ ਅਹੀਰ ਔਰ ਲਵਲੀਨ ਕੌਰ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਦੀਪਾਂਸ਼ੂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਔਰ ਲਵਲੀਨ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਦੀਪਾਂਸ਼ੂ ਤੁਸੀਂ ਇਹ ਦੱਸੋ ਕਿ ਤੁਹਾਡਾ ਕੈਨੇਡਾ ਦਾ ਜਿਹੜਾ ਵੀਜ਼ਾ ਲੱਗਾ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਤੁਸੀਂ ਵੀਜ਼ਾ ਅਪਲਾਈ ਕੀਤਾ ਸੀ ਕੀ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਦੇ ਵਿਦਆਊਟ ਆਇਲਸ ਵੀਜ਼ੇ ਲੱਗ ਰਹੇ ਨੇ ਔਰ ਤੁਹਾਨੂੰ ਸਾਡੀ ਕੰਪਨੀ ਬਾਰੇ ਕਿਵੇਂ ਪਤਾ ਚੱਲਿਆ ਦੱਸੋ ਤੁਸੀਂ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਪਾਂਸ਼ੂ ਹੀਰ ਹੈ ਮੈਂ ਆਪਣੀ 2018 ਦੇ ਵਿੱਚ ਹੀ 12th ਪਾਸ ਆਊਟ ਕੀਤੀ ਹੈ ਅਤੇ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਬਾਰੇ ਮੈਨੂੰ ਆਪਣੇ ਇੱਕ ਕੈਨੇਡਾ ਗਏ ਫਰੈਂਡ ਤੋਂ ਪਤਾ ਲੱਗਾ ਜੋ ਕਿ ਵਿਦਆਊਟ ਆਇਲਸ ਇਹਨਾਂ ਦੇ ਕੋਲ ਹੀ ਵੀਜ਼ਾ ਲਗਵਾ ਕੇ ਕੈਨੇਡਾ ਗਿਆ ਹੈ ਅਤੇ ਉਹ ਉਸ 'ਚ ਉੱਥੇ ਹੁਣ ਕੈਨੇਡਾ 'ਚ ਬਹੁਤ ਵਧੀਆ ਆਪਣਾ ਲਾਈਫ ਜਾ ਰਹੀ ਹੈ ਉਹਦੀ ਸਟੱਡੀ ਵੀ ਕਰ ਰਿਹਾ ਨਾਲ ਨਾਲ ਅਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਹੈ ਕਿ ਇੱਕ ਵਾਰੀ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਜ਼ਰੂਰ ਜਾ ਸੋ ਉੱਥੇ ਉਹਨਾਂ ਦੇ ਨਾਲ ਸੰਪਰਕ ਕਰੋ ਅਤੇ ਮੈਂ ਇਹਨਾਂ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਇੱਥੇ ਆਇਆ ਇਹਨਾਂ ਦੇ ਕੋਲ ਅਤੇ ਇਹਨਾਂ ਨੇ ਮੈਨੂੰ ਸਾਰੀ ਗਾਈਡੈਂਸ ਦਿੱਤੀ ਕਿ ਕਿਸ ਤਰ੍ਹਾਂ ਵਿਦਆਊਟ ਆਇਲਸ ਵੀ ਵੀਜ਼ਾ ਆਉਂਦਾ ਹੈ ਅਤੇ ਫਿਰ ਮੈਂ ਆਪਣੀ ਇਹਨਾਂ ਦੇ ਕੋਲ ਫਾਈਲ ਲਗਵਾਈ ਆਪਣੀ ਵਿਦਆਊਟ ਆਇਲਸ ਦੇ ਵਿੱਚ ਅਤੇ ਜੀ ਅੱਜ ਆ ਮੇਰਾ ਕੈਨੇਡਾ ਦਾ ਵੀਜ਼ਾ ਆ ਚੁੱਕਿਆ ਹੈ ਵਿਦਆਊਟ ਆਇਲਸ ਦੇ ਵਿੱਚ ਅਤੇ ਮੈਂ ਇਹਨਾਂ ਦੀ ਸਰਵਿਸਿਜ਼ ਦੇ ਨਾਲ ਅਤੇ ਇਹਨਾਂ ਦੇ ਪੂਰੇ ਸਟਾਫ ਤੋਂ ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਇਹਨਾਂ ਦੀ ਸਾਰਿਆਂ ਦੀ ਮਿਹਨਤ ਦੇ ਨਾਲ ਮੇਰਾ ਅੱਜ ਕੈਨੇਡਾ ਦਾ ਵੀਜ਼ਾ ਆ ਚੁੱਕਿਆ ਹੈ ਦੀਪਾਂਸ਼ੂ ਜੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਹੈ ਜਲੰਧਰ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕੰਸਲਟੈਂਟ ਨੇ ਅਤੇ ਤੁਸੀਂ ਇਹ ਦੱਸੋ ਕਿ ਅੱਜ ਮਾਰਕੀਟ ਦੇ ਵਿੱਚ ਕੈਨੇਡਾ ਦੇ ਨਾਂ 'ਤੇ ਲੱਖਾਂ ਰੁਪਏ ਲਏ ਜਾਂਦੇ ਨੇ ਕੋਈ 10 ਲੱਖ ਦੀ ਡਿਮਾਂਡ ਕਰਦਾ ਕੋਈ 20 ਲੱਖ ਦੀ ਡਿਮਾਂਡ ਕਰਦਾ ਕੀ ਤੁਸੀਂ ਵੀ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਨੂੰ ਕੋਈ ਐਡਵਾਂਸ ਦੇ ਵਿੱਚ 10-20 ਲੱਖ ਰੁਪਏ ਦਿੱਤੇ ਸੀ ਜਾਂ ਇੱਕ ਜੈਨੂਅਨ ਤਰੀਕੇ ਦੇ ਨਾਲ ਜੋ ਪ੍ਰੋਸੀਜਰ ਹੋਇਆ ਉਸ ਤਰ੍ਹਾਂ ਹੀ ਵੀਜ਼ਾ ਅਪਲਾਈ ਕੀਤਾ ਇਹਦੇ ਬਾਰੇ ਜ਼ਰੂਰ ਦੱਸੋ ਨਹੀਂ ਜੀ ਮੈਂ ਕੈਂਬਰੇਜ ਨੂੰ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਨੂੰ ਕੋਈ ਪੈਸਾ ਐਡਵਾਂਸ 'ਚ ਦਿੱਤੇ ਨਹੀਂ ਇੱਦਾਂ ਕੋਈ ਵੀ ਇਹਨਾਂ ਦੀ ਕੋਈ ਇੱਦਾਂ ਦੀ ਮੰਗ ਨਹੀਂ ਸੀ ਕਿ ਕੋਈ ਇੰਨੇ ਲੱਖਾਂ ਦੇ ਹਿਸਾਬ ਨਾਲ ਪੈਸੇ ਲਏ ਜਾਣਗੇ ਜਾਂ ਕੁਛ ਵੀ ਇਹਨਾਂ ਸਾਰਾ ਪ੍ਰੋਸੀਜਰ ਜੈਨੂਅਨ ਤਰੀਕੇ ਦੇ ਨਾਲ ਸੀਗਾ ਅਤੇ ਮੈਂ ਇਹਨਾਂ ਦੀ ਸਰਵਿਸਿਜ਼ ਦੇ ਨਾਲ ਬਹੁਤ ਖੁਸ਼ ਹਾਂ ਅਤੇ ਇਹਨਾਂ ਦਾ ਪੂਰਾ ਸਟਾਫ ਵੀ ਬਹੁਤ ਕੋਆਪਰੇਟਿਵ ਫਰੈਂਡਲੀ ਆ ਜਿਵੇਂ ਕਿ ਦੀਪਾਂਸ਼ੂ ਨੇ ਆਪਣਾ ਜਿਹੜਾ ਹੈਗਾ ਉਹ ਫੀਡਬੈਕ ਤੁਹਾਨੂੰ ਦਿੱਤਾ ਸਾਡੇ ਦਰਸ਼ਕਾਂ ਨੂੰ ਦਿੱਤਾ ਕਿ ਵਿਦਆਊਟ ਆਇਲਸ ਵੀ ਵੀਜ਼ੇ ਜਿਹੜੇ ਉਹ ਲੱਗ ਰਹੇ ਹੈਗੇ ਨੇ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਜਿਵੇਂ ਕਿ ਸਾਡਾ ਆਫਿਸ ਅੰਮ੍ਰਿਤਸਰ ਅਤੇ ਜਲੰਧਰ ਆ ਜਲੰਧਰ ਨਰਿੰਦਰ ਸਿਲਮਾ ਦੇ ਲਾਗੇ ਸਾਡਾ ਆਫਿਸ ਆ ਨੀਅਰ ਵਿੰਪੀ ਰੈਸਟੋਰੈਂਟ ਅਤੇ ਅੰਮ੍ਰਿਤਸਰ ਆਫਿਸ ਸਾਡਾ ਰਣਜੀਤ ਐਵੀਨਿਊ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਬੀ ਬਲੋਕ ਦੇ ਵਿੱਚ ਹੈਗਾ ਔਰ ਸਕਰੀਨ 'ਤੇ ਜਿਹੜੇ ਡਿਸਪਲੇ ਹੋ ਰਹੇ ਨੰਬਰ ਤੁਸੀਂ ਕਿਸੇ ਵੀ ਬਾਬਤ ਕੈਨੇਡਾ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਸਟੱਡੀ ਵੀਜ਼ਾ ਦੀ ਕੁਐਰੀ ਹੈ ਜਾਂ ਆਇਲਸ ਕਰਨਾ ਚਾਹੁੰਦੇ ਹੋ ਕੋਈ ਵੀ ਕੁਐਰੀ ਆ ਸਕਰੀਨ 'ਤੇ ਡਿਸਪਲੇ ਹੋ ਰਹੇ ਨੰਬਰਾਂ 'ਤੇ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਸਾਡੇ ਨਾਲ ਲਵਲੀਨ ਕੌਰ ਜੀ ਮੌਜੂਦ ਨੇ ਜਿਨ੍ਹਾਂ ਦਾ ਪਹਿਲਾਂ ਵੀ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਸੀ ਅੱਜ ਉਹਨਾਂ ਦਾ ਵੀਜ਼ਾ ਅਪਰੂਵ ਹੋਇਆ ਆਓ ਗੱਲ ਕਰਦੇ ਹਾਂ ਲਵਲੀਨ ਕੌਰ ਨਾਲ ਲਵਲੀਨ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗਾ ਹੈ ਔਰ ਮੈਂ ਚਾਹਾਂਗਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਦੀਆਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਰਹੀਆਂ ਤੁਹਾਨੂੰ ਤੁਸੀਂ ਸਰਵਿਸ ਤੋਂ ਸੈਟਿਸਫਾਈ ਹੋ ਪਹਿਲਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਸੀ ਅਤੇ ਅੱਜ ਤੁਹਾਡਾ ਵੀਜ਼ਾ ਲੱਗ ਗਿਆ ਕੀ ਕਹਿਣਾ ਚਾਹੋਗੇ ਮੇਰਾ ਨਾਮ ਲਵਲੀਨ ਕੌਰ ਹੈ ਅਤੇ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਦਾ ਫੇਸਬੁੱਕ ਰਾਹੀਂ ਪਤਾ ਚੱਲਿਆ ਸੀ ਅਤੇ ਮੇਰੇ ਹੋਰ ਵੀ 2-3 ਫਰੈਂਡਸ ਨੇ ਇਹਨਾਂ ਕੋਲ ਅਪਲਾਈ ਕੀਤਾ ਸੀਗਾ ਜੋ ਕਿ ਹੁਣ ਕੈਨੇਡਾ ਪਹੁੰਚ ਚੁੱਕੇ ਨੇ ਅਤੇ ਪਹਿਲੋਂ ਇੱਕ ਵਾਰ ਮੇਰਾ ਟੂਰਿਸਟ ਵੀਜ਼ਾ ਕੈਨੇਡਾ 'ਚੋਂ ਹੀ ਰਿਫਿਊਜ਼ ਸੀ ਜਿਸ ਕਰਕੇ ਮੈਨੂੰ ਹੋਪ ਨਹੀਂ ਸੀ ਕਿ ਸ਼ਾਇਦ ਹੁਣ ਕੁਛ ਨਾ ਕੁਛ ਗਲਤ ਨਾ ਹੋ ਜਾਏ ਜਾਂ ਵੀਜ਼ਾ ਆਊਗਾ ਜਾਂ ਕੁਛ ਵੀ ਬਟ ਫਿਰ ਵੀ ਮੈਂ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਆਇਲਸ ਕੀਤੀ ਅਤੇ ਆਇਲਸ ਇਹਨਾਂ ਤੋਂ ਕਰਨ ਤੋਂ ਬਾਅਦ ਹੀ ਮੈਂ ਇਹਨਾਂ ਕੋਲ ਔਫਰ ਲੈਟਰ ਅਪਲਾਈ ਕੀਤੀ ਸਾਰਾ ਪ੍ਰੋਸੈਸ ਕੀਤਾ ਅਤੇ ਵਿਦਇਨ 15 ਡੇਜ਼ ਮੇਰਾ ਵੀਜ਼ਾ ਆ ਚੁੱਕਾ ਹੈ ਐਜ਼ ਯੂ ਕੈਨ ਸੀ ਮੈਂ ਪਾਸਪੋਰਟ ਅਤੇ ਮੈਂ ਇਹਨਾਂ ਦੀਆਂ ਸਰਵਿਸਿਜ਼ ਤੋਂ ਬਹੁਤ ਹੀ ਜ਼ਿਆਦਾ ਸੈਟਿਸਫਾਈਡ ਹਾਂ ਅਤੇ ਮੈਂ ਸਾਰੇ ਫਰੈਂਡਸ ਨੂੰ ਇੱਕ ਵਾਰ ਜ਼ਰੂਰ ਕਹੂੰਗੀ ਕਿ ਤੁਸੀਂ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ 'ਤੇ ਵਿਜ਼ਿਟ ਕਰੋ ਅਤੇ ਆਪਣੀ ਪ੍ਰੋਬਲਮ ਜ਼ਰੂਰ ਸ਼ੇਅਰ ਕਰੋ
थैंक यू। लवलीन जी, ये दसो कि बहुत सारे कंसल्टेंट ने मार्केट दे विच कैम्ब्रिज इंटरनेशनल अकैडमी नू ही क्यों चुनिया? की कैनेडा जाने लई तुसी भी कोई लखां रुपए कैम्ब्रिज इंटरनेशनल अकैडमी नू दिते या एक नॉर्मल तरीके दे नाल जिहड़ा प्रोसैस होया? कैम्ब्रिज इंटरनेशनल अकैडमी ने कोई भी एडवांस फीस या कुछ भी इदा दे लखां रुपए साडे कोलों नहीं लए। ईवन कि जिवें फर्स्ट स्टैप हुंदा कि ऑफर लैटर अप्लाई करनी आ, उहदी जेन्युइन फीस जो हुंदी आ उह गई, दैन उस तों बाद GIC जिवें सारा प्रोसैस हुंदा गया, उहनां ने ट्रांसपेरेंट सारा कुछ दस्सिया। ते जदों वीज़ा लग गया उन्होंने अपनी फीस भी वीज़ा लगन तो बाद ली, जिस करके मैं बहुत खुश हाँ। ऐसी लवलीन कौर जिन्होंने अपना एक्सपीरियंस शेयर किया दर्शकों के नाल कि कैम्ब्रिज इंटरनेशनल अकैडमी दी जड़ियां सेवावां उन्होंने लईयां ते अज उन्होंने जिहड़ा कैनेडा का जिहड़ा पढ़ाई करन जाण दा सुपना जिहड़ा पूरा हो गया। लवलीन कौर पहला भी कैनेडा तो रिफ्यूज सी, और दीपांशु थोड़ा जिहा होर जानना चाहांगा कि आयल्स तुसी क्यों नहीं की थी? आयल्स की विदाउट आयल्स ही क्यों वीज़ा अप्लाई किया? कि तुहानू अज मार्केट दे विच जिहड़े विद्यार्थी छे छे बैंड सत सत बैंड लैके बैठे ने, वीज़े उन्हां दे रिफ्यूज़ हो रहे किसी ना किसी वजह करके, तो इन्ना तुहानू किदां कॉन्फिडेंस आया कैम्ब्रिज इंटरनेशनल अकैडमी ते कि इत्थे विदाउट आयल्स मैं वीज़ा अप्लाई करूँ तो मेरा वीज़ा आ जाएगा? जिद्दां कि मेरे फ्रेंड जिहड़े इस वक्त कैनेडा गए हुए आ, उन्होंने मैनू दस्या कि असी कोई आयल्स नहीं कीती सी, सिर्फ अपनी आफ्टर प्लस टू असी सीधा JP सर दे नाल मीट किया, तो उन्हां को सारा विदाउट आयल्स का प्रोसैस जानिया, तो सानू आयल्स करन दी कोई लोड़ नहीं पई। असी बस उत्थे कैनेडा पहुँच के अपना जो भी प्रोसीजर सीगा सारा करके, तो असी अपनी इस टाइम पूरी बाकी स्टूडेंट्स वांगू ही कंटिन्यू अपनी स्टडी कर रहे हैं। तो इदा ही फिर मैनू भी उन्होंने मैनू बहुत हौसला दिता इदा ही, तो मैनू पूरा उन्होंने नाल ही विश्वास होया। इन्हों स्टाफ के नाल मिलन तो बाद भी मैनू इन्हों पूरा विश्वास होया, तो मैं इन्हों अखा बंद करके अपना इन्हों विश्वास करके फाइल अपनी लगाई, तो अज उस तरह ही मेरा वीज़ा भी आ गया कैनेडा का। दीपांशु जी, तुसी ये दसो कि जलंधर एरिए दे विच बहुत सारे कंसल्टेंट ने, कि तुसी होर भी किसे कंसल्टेंट तो विजिट कीता सी? कि तुसी उन्हां नाल गल कीती कि विदाउट आयल्स मेरा वीज़ा लगवा दो? किसे ने तुहानू हाँ कीती सी कि विदाउट आयल्स वीज़ा लगवा दांगे? नहीं, मैं वैसे जिद्दां कि मेरे फ्रेंड ने दस्या ही, मैं होर किसे कंसल्टेंट को पहला गया ही नहीं, मैं सीधे इन्हां दे कोल आया, इन्हां दे कोल ही विजिट कीता, ते इन्हां तो सारा जानन तो बाद मैं कैनेडा भी यूनिवर्सिटी के नाल संपर्क करके उन्हों को सारी डिटेल ली, तो ये बिल्कुल जेन्युइन सीगा जिद्दां इन्होंने सानू दस्या, तो फिर मैं अपना सारा वीज़ा फिर सारा प्रोसैस शुरू किया, तो फिर अज इदा ही फिर साडा वीज़ा भी आ गया। दोस्तों, जे तुसी भी जाना चाहते हो कैनेडा या तुसी आयल्स दे विचों घट बैंड आ, तो कैम्ब्रिज इंटरनेशनल अकैडमी अमृतसर ते जलंधर ऑफिस दे विच विजिट कर सकते हो। आयल्स दे विच घट बैंड है, डरन की जरूरत नहीं, साडे कोल कैनेडा दे विच टॉप लैवल दीयां यूनिवर्सिटीयां जिथे तुहाडा दाखला होएगा। जिवें तुसी इत्थे आयल्स दे करदे हो इसे तरह ही कैनेडा दे विच एक फाउंडेशन प्रोग्राम हुंदा जिन्हों आपां LE कोर्स कहने आ। LE कोर्स दे नाल तुसी जे प्लस टू पास हो तो बैचलर प्रोग्राम लै सकदे हो, जे तुसी अंडर ग्रैजुएट जे बैचलर तुसी पास हो तो तुसी मास्टर प्रोग्राम लैके विदाउट आयल्स भी कैनेडा पढ़ाई करन जा सकदे हो। और साडे कोल टॉप रैंकिंग दी यूनिवर्सिटीयां जिहड़ी यूनिवर्सिटी दी रेपुटेशन करके ही वीज़ा आउंदा है। बाकी कैम्ब्रिज इंटरनेशनल अकैडमी दी पूरी टीम एक एक जदों फाइल रेडी करदी है उहदे ते पूरा एफर्ट करदी है, SOP बनाउण दे उत्ते एफर्ट करदी है, और मेहनत दे नाल जिहड़ी उह फाइल बनाई जांदी है। रिजल्ट तुहाडे सामणे आ कि बच्चियां दे वीज़े आ रहे आ, और नैक्सट शो दे विच वी असीं होर ना बच्चियां नूं वी मिलावांगे जिन्हां दे वीज़े आए आ, और असीं जिहड़ा हैगा वा ओह कैनेडा नूं प्रमोट कर रहे लंबे समय तो ही। तुसीं जिस तरह बहुत सारा सानूं प्यार और मान दिता, हज़ारां दी तादाद दे विच बच्चे कैम्ब्रिज इंटरनेशनल अकैडमी दीयां सेवावां लै के कैनेडा जा चुके ने। कैनेडा तो ही दीपांशु नूं रैफरेंस मिलिया सी, दीपांशु दे किसे दोस्त ने दस्या सी कि ओह इहदे फ्रेंड भी विदाउट आयल्स उत्थे कैनेडा आए ने, दीपांशु ने कैनेडा तो रेफरेंस लैके साडे तो फाइल लगाई, और अज जिहड़ा वीज़ा ओह दीपांशु दे हाथ आ, और बिना आयल्स दीपांशु जिहड़ा वो कैनेडा विच पढ़ाई करन जा रहा हैगा। दीपांशु, मैं ये चाहवांगा कि तुसी दर्शकों नूं दसो तुसी की मैसेज देना चाहुंदे हो लास्ट। मार्केट दे विच बहुत सारे कंसल्टेंट ने कैनेडा दे जाण ते बहुत वड्डियां वड्डियां अमाउंट मंगदे ने,
ਲੱਖਾਂ ਦੀ ਤਦਾਦ 'ਚ ਡਿਮਾਂਡ ਹੁੰਦੀ, ਕੋਈ 15 ਲੱਖ ਮੰਗਦਾ, ਕੋਈ 20 ਲੱਖ ਮੰਗਦਾ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਬਾਰੇ, ਔਰ ਜਿਹੜੇ ਦਰਸ਼ਕ ਸਾਨੂੰ ਇਸ ਟੀ ਵੀ ਸ਼ੋਅ ਰਾਹੀਂ ਦੇਖ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਮਤਲਬ ਅੱਜ ਵੀਜ਼ਾ ਲੱਗ ਗਿਆ, ਕੈਨੇਡਾ ਜਾ ਰਹੇ ਹੋ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਾਰੇ ਦਰਸ਼ਕਾਂ ਨੂੰ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਕਿਸੇ ਹੋਰ ਕੰਸਲਟੈਂਟ ਕੋਲ ਜਾਣ ਦੀ ਲੋੜ ਨਹੀਂ। ਬਸ ਤੁਸੀਂ ਬਿਲਕੁਲ ਇਹਨਾਂ ਦੀ ਜੇਪੀ ਸਰ ਦੇ ਉੱਪਰ ਪੂਰਾ ਵਿਸ਼ਵਾਸ ਕਰਕੇ ਤੁਸੀਂ ਇਹਨਾਂ ਦੇ ਕੋਲ ਇੱਕ ਵਾਰੀ ਇਹਨਾਂ ਦੇ ਆਫਿਸ ਵਿਜ਼ਿਟ ਕਰੋ ਅਤੇ ਇੱਕ ਵਾਰੀ ਇਹਨਾਂ ਦੇ ਕੋਲ ਸਾਰਾ ਪ੍ਰੋਸੀਜਰ ਜਾਣੋ ਅਤੇ ਸਾਰਾ ਤੁਸੀਂ ਮੁੜ ਕੇ ਫਿਰ ਆਪਣੀ ਫਾਈਲਾਂ ਇਹਨਾਂ ਦੇ ਕੋਲ ਹੀ ਲਗਵਾਓ ਅਤੇ ਤੁਹਾਡਾ ਵੀਜ਼ਾ ਵੀ ਜ਼ਰੂਰ ਆਏਗਾ ਅਤੇ ਤੁਸੀਂ ਵੀ ਕੈਨੇਡਾ ਜ਼ਰੂਰ ਜਾ ਪਾਓਗੇ। ਲਵਲੀਨ, ਤੁਹਾਡਾ ਕੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ ਮੈਸੇਜ ਆ? ਜਿਵੇਂ ਤੁਸੀਂ ਪਹਿਲਾਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ, ਟੂਰਿਸਟ ਵੀਜ਼ਾ ਰਿਫਿਊਜ਼ ਸੀ, ਕੀ ਤੁਹਾਡੇ ਮਨ 'ਚ ਇੱਕ ਡਰ ਨਹੀਂ ਸੀ ਕਿ ਮੇਰਾ ਪਹਿਲਾਂ ਵੀ ਵੀਜ਼ਾ ਰਿਫਿਊਜ਼ ਹੈ, ਦੁਬਾਰਾ ਮੈਂ ਅਪਲਾਈ ਕਰ ਰਹੀ ਹਾਂ ਅਤੇ ਮੇਰਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ, ਕੀ ਕਹਿਣਾ ਚਾਹੋਗੇ? ਓਬਵੀਅਸਲੀ ਜਿਵੇਂ ਕਿ ਮੇਰਾ ਪਹਿਲੇ ਟੂਰਿਸਟ ਵੀਜ਼ਾ ਰਿਫਿਊਜ਼ ਸੀ ਅਤੇ ਮਨ 'ਚ ਡਰ ਤਾਂ ਹੁੰਦਾ ਹੀ ਆ ਕਿ ਵੀਜ਼ਾ ਹੁਣ ਆਊਗਾ ਜਾਂ ਨਹੀਂ ਆਊਗਾ ਜਾਂ ਕੋਈ ਪ੍ਰੋਬਲਮ ਕ੍ਰੀਏਟ ਹੋਊਗੀ, ਬਟ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਬਹੁਤ ਕੋਆਪਰੇਟ ਕੀਤਾ ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਆ ਅਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਇਹ ਕਹੂੰਗੀ ਕਿ ਜ਼ਰੂਰ ਵਿਜ਼ਿਟ ਕਰਨ ਅਤੇ ਜਿਵੇਂ ਜਿਹੜਾ ਵੀ ਕਾਲਜ ਯੂਨੀਵਰਸਿਟੀ ਚੂਜ਼ ਕਰਦੇ ਆ ਉਹਦੇ 'ਤੇ ਪੂਰੀ ਸਰਚ ਆਊਟ ਕਰਨ ਅਤੇ ਆਪਣਾ ਵੀਜ਼ਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਜ਼ਰੂਰ ਲਗਵਾਉਣ। ਔਰ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਕੁਛ ਸਟੂਡੈਂਟ, ਫਿਰ ਅਸੀਂ ਨੈਕਸਟ ਜਿਹੜੇ ਸ਼ੋਅ ਦੇ ਵਿੱਚ ਅਸੀਂ ਇਹ ਲੈ ਕੇ ਆਏ ਹਾਂ ਸਟੂਡੈਂਟ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਔਰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਇਹਨਾਂ ਨੇ ਸੇਵਾਵਾਂ ਲਈਆਂ ਸੀ। ਜੇ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ, ਤੁਹਾਡੇ ਆਇਲਸ ਦੇ ਵਿੱਚੋਂ ਘੱਟ ਬੈਂਡ ਆ, ਅਤੇ ਇਹ ਜਿਹੜਾ ਅੱਜ ਦਾ ਜਿਹੜਾ ਸ਼ੋਅ ਆ ਉਹ ਤੁਹਾਡੇ ਲਈ ਖਾਸ ਰਹੇਗਾ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਅਭਿਲਾਸ਼ ਔਰ ਮਨਮੀਤ ਕੌਰ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਭਿਲਾਸ਼ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਮਨਮੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਭਿਲਾਸ਼, ਤੁਸੀਂ ਇਹ ਦੱਸੋ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਬਾਰੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਔਰ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਸੇਵਾਵਾਂ ਲਈਆਂ, ਅੱਜ ਤੁਹਾਡਾ ਕੈਨੇਡਾ ਦੇ ਵਿੱਚ ਜਿਹੜਾ ਪੜ੍ਹਾਈ ਕਰਨ ਜਾਣ ਦਾ ਸੁਪਨਾ ਸੀ ਉਹ ਪੂਰਾ ਹੋਇਆ, ਕੀ ਕਹਿਣਾ ਚਾਹੋਗੇ? ਸਰ, ਮੈਂ ਇਹ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਮੈਂ ਜਦੋਂ ਮੇਰੇ ਆਈਲੈਟਸ 'ਚ ਬੈਂਡ ਆਏ ਅਤੇ ਉਸ ਤੋਂ ਬਾਅਦ ਮੈਂ ਅਲੱਗ ਅਲੱਗ ਜਗ੍ਹਾ 'ਤੇ ਘੁੰਮਿਆ ਅਤੇ ਮੈਂ ਇਸ ਤਰ੍ਹਾਂ ਹੀ ਕੈਂਬਰਿਜ ਵਾਲਿਆਂ ਦੇ ਦਫ਼ਤਰ ਪਹੁੰਚਿਆ ਜਿੱਥੇ ਕਿ ਮੈਨੂੰ ਤਨੂਜਾ ਮੈਡਮ ਮਿਲੇ ਅਤੇ ਉਹਨਾਂ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਅਤੇ ਨਾਲੇ ਉਹਨਾਂ ਨੇ ਮੇਰੀ ਹਰ ਗੱਲ ਦਾ ਜਵਾਬ ਦਿੱਤਾ ਜਿਹਦੇ ਕਰਕੇ ਮੈਨੂੰ ਉਹਨਾਂ 'ਤੇ ਪੂਰਾ ਵਿਸ਼ਵਾਸ ਹੋਇਆ ਕਿ ਮੈਂ ਤੁਹਾਡੇ ਕੋਲ ਮਤਲਬ ਫਾਈਲ ਪ੍ਰੋਸੈਸ ਕਰਵਾਵਾਂ ਅਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਜਿੱਦਾਂ ਜਿੱਦਾਂ ਮਤਲਬ ਕਿਹਾ ਉਦੋਂ ਉੱਦਾਂ ਮੈਂ ਕੀਤਾ ਅਤੇ ਐਟ ਲਾਸਟ ਮੇਰਾ ਰਿਜ਼ਲਟ ਵਧੀਆ ਆਇਆ ਵੇ। ਮੈਂ ਚਾਹਾਂਗਾ ਕਿ ਜਿਹੜਾ ਤੁਹਾਡਾ ਵੀਜ਼ਾ ਲੱਗਾ ਸਾਡੇ ਤੁਸੀਂ ਦਰਸ਼ਕਾਂ ਨੂੰ ਦਿਖਾਓ ਆਪਣਾ ਪਾਸਪੋਰਟ ਤਾਂ ਕਿ ਉਹਨਾਂ ਨੂੰ ਵਿਸ਼ਵਾਸ ਆ ਸਕੇ ਕਿ ਤੁਹਾਡਾ ਵੀਜ਼ਾ ਆਇਆ ਹੈਗਾ। ਇਹ ਸੀ ਅਭਿਲਾਸ਼ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਉਹਨਾਂ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਸੇਵਾਵਾਂ ਲਈਆਂ ਅਤੇ ਅਭਿਲਾਸ਼ ਜਲੰਧਰ ਦੇ ਰਹਿਣ ਵਾਲੇ ਨੇ, ਇਹਨਾਂ ਨੇ ਸਾਡੇ ਜਲੰਧਰ ਬ੍ਰਾਂਚ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਔਰ ਅੱਜ ਅਭਿਲਾਸ਼ ਦਾ ਜਿਹੜਾ ਉਹ ਵੀਜ਼ਾ ਲੱਗ ਗਿਆ। ਨੈਕਸਟ ਅਸੀਂ ਗੱਲ ਕਰਾਂਗੇ ਮਨਮੀਤ ਕੌਰ ਜੀ ਨਾਲ। ਮਨਮੀਤ ਕੌਰ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਔਰ ਸਾਡੀ ਅੰਮ੍ਰਿਤਸਰ ਬ੍ਰਾਂਚ ਤੋਂ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ। ਮਨਮੀਤ, ਕਿੱਦਾਂ ਦੀਆਂ ਸੇਵਾਵਾਂ ਰਹੀਆਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਔਰ ਅੱਜ ਤੁਹਾਡਾ ਕੈਨੇਡਾ ਦੇ ਵਿੱਚ ਜਿਹੜਾ ਡ੍ਰੀਮ ਸੀ ਪੜ੍ਹਾਈ ਕਰਨ ਦਾ ਉਹ ਪੂਰਾ ਹੋ ਗਿਆ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਮੀਤ ਕੌਰ ਹੈ ਅਤੇ ਮੈਂ ਆਪਣੀ 2018 ਵਿੱਚ ਆਪਣੀ 12th ਕੰਪਲੀਟ ਕੀਤੀ। ਉਸ ਤੋਂ ਬਾਅਦ ਮੈਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਹੀ ਆਪਣੀ ਆਇਲਸ ਕੰਪਲੀਟ ਕੀਤੀ ਸੀ ਅਤੇ ਜਿਹਦੇ ਵਿੱਚੋਂ ਕਿ ਮੇਰੇ ਫਸਟ ਅਟੈਂਪਟ ਵਿੱਚ ਹੀ ਮੇਰੇ ਓਵਰਆਲ 6 ਬੈਂਡ ਸੀਗੇ, ਬਟ ਇੱਕ ਵਿੱਚ 5.5 ਬੈਂਡ ਸੀਗੇ। ਉਸ ਤੋਂ ਬਾਅਦ ਮੈਂ ਕਿਸੇ ਦੀ ਸੁਜੈਸ਼ਨ ਲਈ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਰੀਵੈਲੂਏਸ਼ਨ ਭਰ ਦਿਉ ਅਤੇ ਮੈਂ ਉਹ ਵੀ ਭਰੀ, ਪਰ ਮੇਰੀ ਉਹਦੇ ਵਿੱਚ ਕੋਈ ਬਾਅਦ ਵਿੱਚ ਇੰਪਰੂਵਮੈਂਟ ਨਹੀਂ ਆਈ ਅਤੇ ਉਸ ਤੋਂ ਬਾਅਦ ਮੈਂ ਜੇ ਪੀ ਸਰ ਨਾਲ ਉਹਨਾਂ ਦੀ ਸੁਜੈਸ਼ਨ ਲਈ, ਮੇਰੇ ਫਾਦਰ ਨੇ ਵੀ ਉਹਨਾਂ ਨਾਲ ਕੰਸਲਟ ਕੀਤਾ ਅਤੇ ਜੇ ਪੀ ਸਰ ਨੇ ਅੱਗੋਂ ਮੈਨੂੰ ਕਿਹਾ ਕਿ ਮੈਂ ਤੁਹਾਡੇ ਇੰਨੇ ਬੈਂਡ ਵਿੱਚ ਹੀ ਤੁਹਾਡੀ ਵੀਜ਼ਾ ਅਪਲਾਈ ਕਰਾਂਗਾ, ਤੁਹਾਡਾ ਵੀਜ਼ਾ ਆਏਗਾ। ਉਹਨਾਂ ਨੇ ਕਾਫੀ ਕੋਆਪਰੇਟ ਕੀਤਾ ਨਾਲ ਅਤੇ ਮੇਰੇ ਫਾਦਰ ਨੇ ਇਸ ਤੋਂ ਇਲਾਵਾ ਵੀ ਬਾਹਰ ਕਾਫੀ ਏਜੰਟਸ ਨਾਲ ਵੀ ਡਿਸਕਸ ਕੀਤਾ ਸੀ ਇਸ ਚੀਜ਼ ਬਾਰੇ ਕਿ ਆਪਾਂ ਇੰਨੇ ਬੈਂਡ ਵਿੱਚ ਅਪਲਾਈ ਕਰ ਸਕਦੇ ਹਾਂ ਕਿ ਨਹੀਂ, ਪਰ ਕਾਫੀ ਸਾਰੇ ਲੋਕਾਂ ਨੇ ਨੈਗੇਟਿਵ ਵਿਊ ਹੀ ਦਿੱਤਾ ਕਿ ਨਹੀਂ ਤੁਸੀਂ ਦੁਬਾਰਾ ਇੱਕ ਵਾਰੀ ਆਇਲਸ ਕਰ ਲਓ ਕਿ ਓਵਰਆਲ 6.5 ਬੈਂਡ ਆ ਜਾਣ ਅਤੇ ਫਿਰ ਹੀ ਤੁਹਾਡੇ ਵੀਜ਼ਾ ਆ ਸਕੇਗਾ, ਇਸ ਤਰ੍ਹਾਂ ਤੁਹਾਡੀ ਰਿਫਿਊਜ਼ਲ ਦੇ ਜ਼ਿਆਦਾ ਚਾਂਸਿਸ ਨੇ। ਪਰ ਫਿਰ ਵੀ ਮੈਂ ਸਰ 'ਤੇ ਟਰੱਸਟ ਕਰਕੇ ਉਹਨਾਂ ਦੀ ਸੁਜੈਸ਼ਨ ਲੈ ਕੇ ਵੀਜ਼ਾ ਅਪਲਾਈ ਕਰ ਦਿੱਤਾ ਅਤੇ ਯੂ ਕੈਨ ਸੀ ਮਾਈ ਵੀਜ਼ਾ, ਅੱਜ ਮੈਂ ਆਪਣਾ ਵੀਜ਼ਾ ਆਪਣੇ ਹੱਥ 'ਚ ਫੜਿਆ ਹੈ
ਅੱਜ ਮਨਮੀਤ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਨੇ, ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਆਇਲਸ ਦੇ ਵਿੱਚੋਂ 6 ਬੈਂਡ ਆ, ਬਟ ਇੱਕ ਅੱਧੇ ਮੋਡਿਊਲ 'ਚੋਂ 5-5.5 ਬੈਂਡ ਹੋਣ ਕਰਕੇ ਉਹਨਾਂ ਦੀਆਂ ਰਿਫਿਊਜ਼ਲ ਆ ਰਹੀ। ਕੀ ਤੁਹਾਡੇ ਮਨ ਦੇ ਵਿੱਚ ਡਰ ਨਹੀਂ ਸੀ? ਕੈਨੇਡਾ ਦੇ ਵਿੱਚ SDS ਪ੍ਰੋਗਰਾਮ ਲਾਂਚ ਹੋਣ ਤੋਂ ਬਾਅਦ 6 ਬੈਂਡ ਦੀ ਰਿਕੁਆਇਰਮੈਂਟ ਹੋ ਗਈ, ਬਹੁਤ ਸਾਰੇ ਕਾਲਜਾਂ ਨੇ 6 ਬੈਂਡ 'ਤੇ ਹੀ ਐਡਮਿਸ਼ਨਾਂ ਦਿੱਤੀਆਂ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਸਰਵਿਸਿਜ ਕਿੱਦਾਂ ਦੀਆਂ ਲੱਗੀਆਂ? ਤੁਹਾਡੀ ਆਫਰ ਲੈਟਰ ਕਿੰਨੀ ਜਲਦੀ ਆਈ? ਕਿੰਨੀਆਂ ਆਫਰ ਲੈਟਰਾਂ ਤੁਹਾਨੂੰ ਮਿਲੀਆਂ? ਔਰ ਤੁਹਾਨੂੰ ਉਮੀਦ ਸੀ ਕਿ ਤੁਹਾਡਾ 6 ਬੈਂਡ 'ਤੇ, ਜਿਸ ਤਰ੍ਹਾਂ ਤੁਹਾਡੇ ਓਵਰਆਲ 6 ਮੋਡਿਊਲ 'ਚੋਂ 5.5 ਬੈਂਡ ਸੀ, ਅਤੇ ਤੁਹਾਡਾ ਵੀਜ਼ਾ ਆਏਗਾ? ਹਾਂਜੀ, ਮੈਨੂੰ ਮੇਰੀਆਂ ਆਫਰ ਲੈਟਰ ਸੀਗੀਆਂ ਜਿਹੜੀਆਂ 3-4 ਆਫਰ ਲੈਟਰਸ ਮੈਨੂੰ ਸਰ ਨੇ ਅਪਲਾਈ ਕਰਕੇ ਦਿੱਤੀਆਂ, ਅਤੇ ਮੈਨੂੰ 1 ਵੀਕ ਦੇ ਅੰਦਰ ਆਲਮੋਸਟ ਸਾਰੀਆਂ ਆਫਰ ਲੈਟਰਸ ਮਿਲ ਗਈਆਂ ਸੀਗੀਆਂ। ਉਸ ਤੋਂ ਬਾਅਦ ਮੈਂ ਉਹਨਾਂ ਵਿੱਚੋਂ ਚੂਜ਼ ਕੀਤਾ ਕਿ ਜਿੱਥੇ ਮੈਂ ਜਾਣਾ ਆ ਅਤੇ ਜਿੱਥੇ ਮੈਨੂੰ ਜ਼ਿਆਦਾ ਸਪੋਰਟ ਮਿਲੇਗਾ। ਅਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ, ਇਹਨਾਂ ਦਾ ਸਟਾਫ ਵੀ ਬਹੁਤ ਕੋਆਪਰੇਟਿਵ ਸੀਗਾ, ਉਹਨਾਂ ਨੇ ਕਾਫੀ ਹੈਲਪ ਕੀਤੀ, ਮੇਰੀ ਬਹੁਤ ਵਧੀਆ ਤਰ੍ਹਾਂ ਫਾਈਲ ਰੈਡੀ ਕੀਤੀ, ਮੈਨੂੰ ਲਾਗੇ ਬਿਠਾ ਕੇ ਪੂਰੀ ਫਾਈਲ ਦਾ ਪ੍ਰੋਸੈਸ ਮੇਰੇ ਕੋਲ ਪੁੱਛਿਆ, ਸਾਰਾ ਉਹਨਾਂ ਨੇ ਡਿਟੇਲਸ ਲਈਆਂ, ਅਤੇ ਫਿਰ ਮੇਰੀ ਪੂਰੀ ਸਟਰੋਂਗ ਕਰਕੇ ਫਾਈਲ ਰੈਡੀ ਕੀਤੀ, ਅਤੇ ਉਸ ਤੋਂ ਬਾਅਦ ਅੱਜ ਮੇਰਾ ਵੀਜ਼ਾ ਮੇਰੇ ਕੋਲ ਹੈ। ਮਨਮੀਤ, ਤੁਸੀਂ ਥੋੜ੍ਹਾ ਜਿਹਾ ਇਹ ਵੀ ਦੱਸੋ ਕਿ ਤੁਸੀਂ ਕਿਸ ਕਾਲਜ ਦੇ ਵਿੱਚ ਜਾ ਰਹੇ ਹੋ, ਕਿਹੜਾ ਕੋਰਸ ਲਿਆ, ਔਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟ ਪੈਕੇਜ ਸੇਲ ਕਰਦੇ, ਕੋਈ 15 ਲੱਖ ਮੰਗਦਾ, ਕੋਈ 20 ਲੱਖ ਮੰਗਦਾ, ਕੀ ਤੁਸੀਂ ਵੀ 15-20 ਲੱਖ ਰੁਪਈਆ ਅਮਾਊਂਟ ਕੋਈ ਸਾਨੂੰ ਦਿੱਤੀ ਹੈਗੀ? ਨਹੀਂ, ਮੈਂ CDI ਕਾਲਜ ਦਾ ਵੀਜ਼ਾ ਅਪਲਾਈ ਕੀਤਾ ਹੈ, ਅਤੇ ਮੋਂਟਰੀਅਲ ਵਿੱਚ ਇਹ ਕਾਲਜ ਹੈ, ਅਤੇ ਮੈਂ ਕੋਈ ਪੈਕੇਜ ਨਹੀਂ ਲਿੱਤਾ, ਮੈਂ ਜਸਟ ਜੈਨੂਇਨ ਤਰੀਕੇ ਨਾਲ ਆਪਣਾ ਵੀਜ਼ਾ ਅਪਲਾਈ ਕੀਤਾ। ਪਹਿਲਾਂ ਆਫਰ ਲੈਟਰ ਦੀ ਜਿਹੜੀ ਜੈਨੂਇਨ ਅਮਾਊਂਟ ਹੁੰਦੀ ਹੈ ਉਹ ਦਿੱਤੀ, ਅਤੇ ਉਸ ਤੋਂ ਬਾਅਦ GIC ਅਤੇ ਮੇਰੀ ਜਿਹੜੀ ਕਾਲਜ ਫੀਸ ਸੀਗੀ ਉਹ ਅਪਲਾਈ ਕੀਤੀ, ਅਤੇ ਇਹਨਾਂ ਦੀ ਫੀਸ ਵੀ ਮੈਂ ਬਾਅਦ ਵਿੱਚ ਹੀ ਦਿੱਤੀ ਆ ਮੇਰੇ ਵੀਜ਼ਾ ਆਉਣ ਤੋਂ, ਅਤੇ ਮੈਂ ਕੋਈ ਪੈਕੇਜ ਵਗੈਰਾ ਨਹੀਂ ਲਿਆ ਇਹਨਾਂ ਕੋਲੋਂ। ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਨੂੰ ਇਸ TV ਸ਼ੋਅ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ, ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ? ਔਰ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਡਰ ਹੁੰਦਾ, ਕਿਉਂਕਿ ਅੱਜ ਕੱਲ੍ਹ ਅਖਬਾਰਾਂ ਦੀਆਂ ਆਏ ਦਿਨ ਸੁਰਖੀਆਂ ਬਣਦੀਆਂ ਕਿ ਫਲਾਣਾ ਕੰਸਲਟੈਂਟ 20 ਲੱਖ ਰੁਪਇਆ ਠੱਕ ਕੇ ਲੈ ਗਿਆ, ਜਾਂ ਆਹ ਧੋਖਾ ਹੋ ਗਿਆ। ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਆ, ਬਟ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਆ ਕਿ ਉਹਨਾਂ ਨੂੰ ਇੱਕ ਜੈਨੂਇਨ ਕੰਪਨੀ ਮਿਲੇ, ਪੰਜਾਬ ਸਰਕਾਰ ਤੋਂ ਰਜਿਸਟਰਡ ਕੰਪਨੀ ਮਿਲੇ ਜਿਹਦੇ ਕੋਲ ਲਾਇਸੈਂਸ ਆ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਤੁਸੀਂ ਇੱਕ ਵਾਰੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵਿਜ਼ਿਟ ਕਰੋ, ਇਹਨਾਂ ਦੇ ਆਫਿਸ ਨੇ ਜਲੰਧਰ ਵੀ ਨੇ, ਅੰਮ੍ਰਿਤਸਰ ਵੀ ਨੇ, ਉੱਥੇ ਆ ਕੇ ਤੁਸੀਂ ਵਿਜ਼ਿਟ ਕਰਕੇ ਅਤੇ ਸਰ ਨਾਲ ਕੰਸਲਟ ਕਰੋ। ਅਗਰ ਤੁਹਾਡੇ ਬੈਂਡਸ ਘੱਟ ਨੇ ਜਾਂ ਫਿਰ ਤੁਸੀਂ ਆਇਲਸ ਨਹੀਂ ਕੀਤੀ ਜਾਂ ਤੁਹਾਡੀ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ, ਤੁਸੀਂ ਆ ਕੇ ਉਹਨਾਂ ਨਾਲ ਸ਼ੇਅਰ ਕਰੋ, ਉਹ ਤੁਹਾਨੂੰ ਜੈਨੂਇਨ ਸਜੈਸ਼ਨ ਦੇਣਗੇ ਜੋ ਕਿ ਪੋਸੀਬਲ ਆ, ਕੋਈ ਤੁਹਾਡੇ ਨਾਲ ਗਲਤ ਕੰਮ ਨਹੀਂ ਹੋਏਗਾ। ਸੋ ਉਹਨਾਂ 'ਤੇ ਇੱਕ ਵਾਰੀ ਟਰੱਸਟ ਕਰੋ ਅਤੇ ਤੁਸੀਂ ਆਪਣਾ ਵੀਜ਼ਾ ਜ਼ਰੂਰ ਅਪਲਾਈ ਕਰੋ ਅਤੇ ਵਿਜ਼ਿਟ ਕਰੋ ਜ਼ਰੂਰ। ਅੱਜ ਪੰਜਾਬ ਦਾ ਹਰ ਇੱਕ ਵਿਦਿਆਰਥੀ ਜਿਹੜਾ ਵਿਦੇਸ਼ ਦੀ ਧਰਤੀ 'ਤੇ ਜਾਣਾ ਚਾਹੁੰਦਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮੈਰੀਕਾ ਜਾ ਕੇ ਪੜ੍ਹਨਾ ਚਾਹੁੰਦਾ, ਬਟ ਇੱਕ ਜੈਨੂਇਨ ਕੰਸਲਟੈਂਟ ਦੀ ਭਾਲ ਆ, ਉਹਨਾਂ ਨੂੰ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ 2008 ਤੋਂ ਸਟੱਡੀ ਵੀਜ਼ਾ ਦੇ ਵਿੱਚ ਡੀਲ ਕਰ ਰਹੀ ਆ ਔਰ ਆਪਣੀਆਂ ਸੇਵਾਵਾਂ ਦੇ ਰਹੀ ਆ, ਪੰਜਾਬ ਸਰਕਾਰ ਤੋਂ ਇਨ ਲਾਇਸੈਂਸ ਹੋਲਡਰ ਕੰਪਨੀ ਆ, ਸਾਡੇ ਕੋਲ ਪੰਜਾਬ ਸਰਕਾਰ ਤੋਂ ਲਾਇਸੈਂਸ ਆ, ਅਸੀਂ ਅੰਮ੍ਰਿਤਸਰ ਔਰ ਜਲੰਧਰ ਦੇ ਵਿੱਚ ਆਪਣਾ ਆਫਿਸ ਚਲਾ ਰਹੇ ਹਾਂ। ਅੰਮ੍ਰਿਤਸਰ ਰਣਜੀਤ ਐਵੇਨਿਊ B ਬਲੋਕ ਦੇ ਵਿੱਚ ਸਾਡਾ ਆਫਿਸ ਹੈ ਔਰ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਨਰਿੰਦਰ ਸਿਲਮਾ ਦੇ ਲਾਗੇ ਵਿੰਪੀ ਰੈਸਟੋਰੈਂਟ ਦੇ ਉੱਪਰ 1st ਫਲੋਰ 'ਤੇ ਆਫਿਸ ਹੈ। ਬਾਕੀ ਤੁਸੀਂ ਕਿਸੇ ਵੀ ਬਾਬਤ ਕੋਈ ਵੀ ਕੁਐਰੀ ਲੈਣਾ ਚਾਹੁੰਦੇ ਹੋ, ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਟੂਰਿਸਟ ਵੀਜ਼ਾ